ਕੋਸ਼ਤੇ ਲੈਕਚਰ ਪ੍ਰਭੂ ਤਾਂ ਕੋਲ ਹੈ ਕੋਲ ਕਹਿਣਾ ਵੀ ਠੀਕ ਨਹੀਂ ਕਿਉਂਕਿ ਕੋਲ ਤੋਂ ਕੋਲ ਵੀ ਥੋੜੀ ਦੂਰੀ ਬਣੀ ਰਹਿੰਦੀ ਹੈ ਇਸ ਲਈ ਠੀਕ ਹੈ ਕਹਿਣਾ ਕਿ ਪ੍ਰਭੂ ਦੂਰ ਨਹੀਂ ਹੈ ਖਾਸ ਕਰ ਤੰ ਪ੍ਰਭੂ ਤੁਹਾਡਾ ਆਤਯੰਤਿਕ ਹੋਣਾ ਹੈ ਜਿਵੇਂ ਕਲੀ ਤੇ ਫੁੱਲ 'ਚ ਕੀ ਫਾਸਲਾ ਹੈ ਕਲੀ ਹੋਣ ਵਾਲਾ ਫੁੱਲ ਹੈ ਹੁਣੀ ਕਲੀ ਹੈ ਹੁਣੀ ਫੁੱਲ ਬਣ ਜਾਏਗੀ ਕਲੀ ਚ ਫੁੱਲ ਲੁਕਿਆ ਹੈ ਫੁੱਲ ਵਿੱਚ ਕਲੀ ਲੁਕੀ ਹੈ ਕਲੀ ਤੇ ਫੁੱਲ ਕਿਸੇ ਇੱਕ ਹੀ ਘਟਨਾ ਦੇ ਦੋ ਕਦਮ ਹਨ ਜੋ ਕਲੀ ਚ ਲੁਕਿਆ ਹੈ ਉਹੀ ਫੁੱਲ ਚ ਪ੍ਰਗਟ ਹੋ ਜਾਏਗਾ ਜੋ ਕਲੀ ਚ ਬੰਦ ਹੈ ਉਹੀ ਫੁੱਲ ਚ ਖੁੱਲ ਜਾਏਗਾ ਇਸੇ ਤਰ੍ਹਾਂ ਹੀ ਤੁਹਾਡਾ ਤੇ ਪ੍ਰਭੂ ਦਾ ਨਾਤਾ ਹੈ ਤੁਸੀਂ ਜੇਕਰ ਕਲੀ ਹੋ ਤਾਂ ਫੁੱਲ ਹੈ ਤੁਸੀਂ ਜੇਕਰ ਬੀ ਹੋ ਤਾਂ ਉਦ ਰਖਤ ਹੈ ਤੁਹਾਡਾ ਹੋਣਾ ਤੇ ਉਹਦਾ ਹੋਣਾ ਦੋ ਗੱਲਾਂ ਨਹੀਂ ਕਿਸੇ ਇੱਕ ਹੀ ਗੱਲ ਦੇ ਦੋ ਚਰਨ ਹਨ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਲੈਣਾ ਹੈ ਇਹ ਸਮਝ ਇੰਨਾ ਡੂੰਘਾ ਬੈਠ ਜਾਏ ਇੰਨਾ ਗਹਿਰਾ ਬੈਠ ਜਾਏ ਕਿ ਤੁਹਾਡੇ ਰੂਮ ਰੂਮ 'ਚ ਪ੍ਰਤੀਤ ਹੋਣ ਲੱਗੇ ਤਾਂ ਪ੍ਰਭੂ ਨੂੰ ਪਹੁੰਚ ਫਿਰ ਜ਼ਰਾ ਵੀ ਦੇਰ ਨਹੀਂ ਜੇਕਰ ਇਹ ਪ੍ਰਤੀਤੀ ਸਮਗਰ ਹੋ ਜਾਏ ਜੇਕਰ ਸਵਾਸ ਸਵਾਸ ਧੜਕਣ ਧੜਕਣ ਇਹ ਅਹਿਸਾਸ ਕਰ ਲਈ ਕਿ ਮੈਂ ਕਲੀ ਹਾਂ ਉਹ ਫੁੱਲ ਹੈ ਇਹ ਧਾਰਨਾ ਇੰਨੀ ਸੰਘਣੀ ਹੋ ਜਾਏ ਕਿ ਇਸ ਤੋਂ ਵੱਖਰੀ ਧਾਰਨਾ ਦੀ ਕੋਈ ਥਾਂ ਹੀ ਤੁਹਾਡੇ ਅੰਦਰ ਨਾ ਬਚੇ ਤਾਂ ਇਸੇ ਕੜੀ ਕਲੀ ਫੁੱਲ ਹੋ ਜਾਏ ਇਸੇ ਪਲ ਬੀਜ ਟੁੱਟ ਜਾਏ ਅੰਕੁਰ ਨਿਕਲ ਆਏ ਪਲ ਦੀ ਵੀ ਦੇਰ ਨਾ ਹੋਵੇ ਲੇਕਿਨ ਇਹ ਪ੍ਰਤੀਤ ਜ਼ਰੂਰੀ ਹੈ ਇਸ ਪ੍ਰਤੀਤ ਦੇ ਹੋਣ ਚ ਸਭ ਤੋਂ ਵੱਡੀ ਰੁਕਾਵਟ ਤੁਹਾਡਾ ਮਨ ਹੈ ਤੁਹਾਡਾ ਮਨ ਕਹੇਗਾ ਇਹ ਹੋਈ ਕਿਵੇਂ ਸਕਦਾ ਹੈ ਤੇ ਵੱਡੀ ਤੋਂ ਵੱਡੀ ਰੁਕਾਵਟ ਤੁਹਾਡੇ ਆਲੇ ਦੁਆਲੇ ਤੁਹਾਨੂੰ ਘੇਰੇ ਹੋਈ ਪੰਡਤਾਂ ਦਾ ਜਾਲ ਹੈ ਉਹ ਵੀ ਕਹਿਣਗੇ ਕਿ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਤਾਂ ਤੁਹਾਨੂੰ ਇਸ ਉਲਟੀ ਗੱਲ ਸਿਖਾਈ ਹੈ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਪਰਮਾਤਮਾ ਤੁਹਾਡੇ ਨੇੜੇ ਹੈ ਉਹਨਾਂ ਨੇ ਤਾਂ ਤੁਹਾਨੂੰ ਇਹ ਹੀ ਕਿਹਾ ਕਿ ਤੁਹਾਡੇ ਤੋਂ ਬਹੁਤਾ ਨਿੰਦਣ ਦੇ ਯੋਗ ਹੋਰ ਕੋਈ ਵੀ ਨਹੀਂ ਹੈ ਤੁਸੀਂ ਅਜੇ ਹੀ ਨਿੰਦਿਤ ਹੋ ਕਿ ਪਰਮਾਤਮਾ ਤੁਹਾਡੇ ਨੇੜੇ ਹੋ ਹੀ ਕਿਵੇਂ ਸਕਦਾ ਹੈ ਉਹਨਾਂ ਨੇ ਤਾਂ ਸਿਰਫ ਤੁਹਾਨੂੰ ਨਰਕ ਦਾ ਅਭਾਸ ਦਿਲਾਇਆ ਹੈ ਸਵਰਗ ਦਾ ਨਹੀਂ ਤੇ ਹਜ਼ਾਰਾਂ ਸਾਲਾਂ ਦੀ ਸਿੱਖਿਆ ਅਧਿਕਸ਼ਾ ਨੇ ਤੁਹਾਡੇ ਮਨ 'ਚ ਇਹ ਗੱਲ ਡੂੰਘਾਈ 'ਚ ਸਮਾ ਦਿੱਤੀ ਹੈ ਕਿ ਤੁਸੀਂ ਸਿਰਫ ਨਿੰਦਾ ਦੇ ਪਾਤਰ ਹੋ ਨਰਕ ਤੋਂ ਇਲਾਵਾ ਤੋਂ ਆਪਣੇ ਹੋਣ ਲਈ ਹੋਰ ਦੂਜਾ ਉਪਾਏ ਨਹੀਂ ਵਿਖਾਈ ਪੈਂਦਾ ਹੋਰ ਤੁਸੀਂ ਜਿੰਨੇ ਆਪਣੇ ਨੂੰ ਨਿੰਦਤ ਸਮਝੋਗੇ ਉਨਾਂ ਹੀ ਪਰਮਾਤਮਾ ਦੂਰ ਹੈ ਕਲੀ ਖਿੜ ਨਹੀਂ ਸਕਦੀ ਤੁਸੀਂ ਕਲੀ ਨੂੰ ਖਿੜਨ ਨਹੀਂ ਦਿਓਗੇ ਤੁਹਾਡਾ ਨਿੰਦਾ ਦਾ ਭਾਵ ਹੀ ਕਲੀ ਦੇ ਖਿੜਨ 'ਚ ਸਭ ਤੋਂ ਵੱਡੀ ਰੁਕਾਵਟ ਬਣ ਜਾਏਗੀ ਤੇ ਉਹਨਾਂ ਨੇ ਅਝੀਆਂ ਸਰਲ ਤੇ ਸਿੱਧੀਆਂ ਗੱਲਾਂ ਨੂੰ ਨਿੰਦਿਤ ਕਰ ਦਿੱਤਾ ਕਿ ਬਹੁਤ ਦੁੱਖ ਆਈ ਹੈ। ਕੱਲ ਇੱਕ ਨੌਜਵਾਨ ਆਇਆ। ਨੌਜਵਾਨ ਹੈ ਤਾਂ ਸੁਭਾਅ ਬਕੈ। ਵਾਸਨਾ ਜਾਗੇਗੀ। ਕੁਝ ਅश्चर्यਜਨਕ ਨਹੀਂ ਹੈ। ਨਾ ਜਾਗੇ ਤਾਂ ਹੀ ਅश्चर्यਯੋਗ ਹੈ। ਨੌਜਵਾਨ ਹੋਵੇ ਤੇ ਵਾਸਨਾ ਨਾ ਜਾਗੇ। ਇਹ ਅਰਥ ਇਹ ਹੀ ਹੋਇਆ ਕਿ ਕਿਤੇ ਸਰੀਰ 'ਚ ਮਨ 'ਚ ਕੁਝ ਕਮੀ ਰਹਿ ਗਈ। ਕਿਤੇ ਕੋਈ ਗੱਲ ਭੁੱਲ ਗਈ। ਵਾਸਨਾ ਤਾਂ ਸੁਭਾਵਕ ਹੈ ਪਰ ਉਹ ਨੌਜਵਾਨ ਆਪਣੇ ਆਪ ਨੂੰ ਬਹੁਤ ਨਿੰਦਤ ਤੇ ਦਲਿਤ ਮੰਨ ਰਿਹਾ ਹੈ। ਆਤਮ ਗਿਲਾਨੀ ਨਾਲ ਭਰਿਆ ਹੈ। ਉਹ ਕਹਿੰਦਾ ਹੈ ਮੇਰੇ ਮਨ 'ਚ ਬਹੁਤ ਪਾਪ ਉੱਠ ਰਿਹਾ ਹੈ। ਕਿਵੇਂ ਪਾਪ ਤੋਂ छुटਕਾਰਾ ਹੋਵੇ? ਜਿਸ ਚੀਜ਼ ਨੂੰ ਤੁਸੀਂ ਪਾਪ ਕਹਿ ਦਿੱਤਾ ਉਸ ਤੋਂ छुटਕਾਰਾ ਕਦੇ ਵੀ ਨਹੀਂ ਹੋ ਸਕਦਾ। ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਪਾਪ ਕਹਿ ਦਿੱਤਾ ਉਨੇ ਚੀ ਮਾਮਲਾ ਖਤਮ ਨਹੀਂ ਹੋ ਗਿਆ। ਉਦੇ ਕਾਰਨ ਤੁਸੀਂ ਪਾਪੀ ਹੋ ਗਏ ਤੇ ਪਾਪੀ ਪਰਮਾਤਮਾ ਦੇ ਨੇੜੇ ਕਿਵੇਂ ਹੋ ਸਕੇਗਾ ਥੋੜਾ ਜਿਹਾ ਭੋਜਨ ਚ ਰਸ ਹੈ ਤਾਂ ਪਾਪ ਹੈ ਥੋੜਾ ਚੰਗੇ ਕੱਪੜੇ ਪਾਉਣ ਚ ਰਸ ਹੈ ਤਾਂ ਪਾਪ ਥੋੜੀ ਜ਼ਿਆਦਾ دیر ਸਵੇਰੇ ਸੌਂ ਜਾਂਦੇ ਹੋ ਤਾਂ ਪਾਪ ਸਭ ਪਾਸਿਆਂ ਤੋਂ ਪਾਪ ਖੜਾ ਕਰ ਦਿੱਤਾ ਨਿੰਦਕਾਂ ਨੇ ਜ਼ਹਿਰ ਫਲਾਉਣ ਵਾਲਿਆਂ ਦਾ ਬਹੁਤ ਲੰਮਾ ਇਤਿਹਾਸ ਹੈ ਉਹਨਾਂ ਨੇ ਸਾਰੇ ਪਾਸੇ ਤੁਹਾਨੂੰ ਨਿੰਦਿਤ ਕਰ ਦਿੱਤਾ ਉਹਦੇ ਪਿੱਛੇ ਕਾਰਨ ਤੁਸੀਂ ਜਿੰਨੇ ਨਿੰਦਤ ਹੋ ਜਾਓ ਉਨਾਂ ਹੀ ਪੰਡਤ ਪੂਜਕ ਹੋ ਜਾਂਦੇ ਹਨ ਇਹ ਹਿਸਾਬ ਹੈ ਜਿੰਨੇ ਨਿੰਦਤ ਹੋ ਜਾਓ ਉਨਾਂ ਹੀ ਪੰਡਤ ਪੂਜਕ ਹੋ ਜਾਂਦਾ ਹੈ ਕਿਉਂਕਿ ਉਹ ਸਵੇਰੇ 5 ਵਜੇ ਉੱਠਦਾ ਹੈ ਵਰਤ ਕਰਦਾ ਹੈ ਤੁਸੀਂ ਨਹੀਂ ਕਰ ਪਾਉਂਦੇ ਤਿਆਗੀ ਤਿਆਗ ਕਰਦਾ ਹੈ ਤੁਸੀਂ ਨਹੀਂ ਕਰ ਪਾਉਂਦੇ ਪਰ ਤੁਸੀਂ ਜਾਣ ਕੇ ਹੈਰਾਨ ਹੋਗੇ 100 ਚੋਂ 99 ਤਿਆਗੀ ਇਸ ਲਈ ਤਿਆਗ ਕਰ ਰਿਹਾ ਹੈ ਕਿਉਂਕਿ ਉਹਨਾਂ ਦਾ ਤਿਆਗ ਇੱਕ ਸ਼ਸਤਰ ਹੈ ਜਿਸ ਨਾਲ ਉਹ ਤੁਹਾਨੂੰ ਨਿੰਦਤ ਕਰਦੇ ਹਨ ਉਹਨਾਂ ਦਾ ਤਿਆਗ ਉਹਨਾਂ ਦੇ ਹੰਕਾਰ ਦੀ ਇੱਕ ਵਿਵਸਥਾ ਹੈ ਵਰਤ ਵਿੱਚ ਮਜ਼ਾ ਉਹਨਾਂ ਨੂੰ ਵੀ ਨਹੀਂ ਆਉਂਦਾ ਪਰ ਵਰਤ ਦੇ ਕਾਰਨ ਭੋਜਨ ਕਰਨ ਵਾਲੇ ਨੂੰ ਨਰਕ ਚ ਭੇਜਣ ਦੀ ਜਿਹੜੀ ਸੁਵਿਧਾ ਉਹਨਾਂ ਦੇ ਮਨ ਚ ਆ ਜਾਂਦੀ ਹੈ ਉਹੀ ਵਰਤ ਦਾ ਰਸ ਹੈ ਵਰਤ ਚ ਕਿਸ ਨੂੰ ਰਸ ਆਏਗਾ ਭੁੱਖ ਤਾਂ ਤਕਲੀਫ ਦੇਗੀ ਇਹ ਬਿਲਕੁਲ ਸੁਭਾਵਕ ਹੈ ਲੇਕਿਨ ਜੇਕਰ ਮੇਰੇ ਇੱਕ ਦਿਨ ਵਰਤ ਕਰਨ ਨਾਲ ਲੱਖਾਂ ਲੋਕਾਂ ਵੱਲ ਮੈਂ ਨਿੰਦਾ ਨਾਲ ਵੇਖਣ ਦਾ ਮੌਕਾ ਪਾ ਸਕਦਾ ਤਾਂ ਰਸ ਆ ਜਾਏਗਾ ਸੌ ਚੌਨੱਵੇਂ ਬ੍ਰਹਮਚਾਰੀ ਸਿਰਫ ਇਸ ਲਈ ਬ੍ਰਹਮਚਾਰੀ ਹਨ ਕਿਉਂ ਦੇ ਕਾਰਨ ਤੁਸੀਂ ਸਾਰੇ ਪਾਪੀ ਹੋ ਜਾਂਦੇ ਹੋ ਮੇਰੇ ਇੱਕ ਮਿੱਤਰ ਹਨ ਉਹਨਾਂ ਦੇ ਕੋਲ ਵੱਡਾ ਮਕਾਨ ਹੈ ਉਸ ਨਗਰ ਵਿੱਚ ਉਸ ਤੋਂ ਵੱਡਾ ਮਕਾਨ ਕਿਸੇ ਦੇ ਕੋਲ ਨਹੀਂ ਸੀ ਫਿਰ ਇੱਕ ਗਵਾਂਡੀ ਨੇ ਹੋਰ ਵੱਡਾ ਮਕਾਨ ਬਣਾ ਲਿਆ ਉਹਦਾ ਮਕਾਨ ਉਹਨੇ ਤਾਂ ਉਨਾ ਹੀ ਰਿਹਾ ਕੋਈ ਰੱਤੀ ਪਰ ਫਰਕ ਨਹੀਂ ਆਇਆ ਪਰ ਉਹ ਉਦਾਸ ਤੇ ਦੁਖੀ ਹੋ ਗਏ ਉਹਨਾਂ ਦੇ ਘਰ ਮੈਂ ਮਹਿਮਾਨ ਸੀ ਉਹ ਬਹੁਤ ਚਿੰਤਤ ਸਨ ਮੈਂ ਕਿਹਾ ਮੇਰੀ ਸਮਝ ਨਹੀਂ ਆਉਂਦਾ ਤੁਹਾਡਾ ਮਕਾਨ ਠੀਕ ਉਸੇ ਤਰ੍ਹਾਂ ਦਾ ਹੈ ਉਹਨਾਂ ਨੇ ਕਿ ਕਿਵੇਂ ਉਹ ਜੇ ਦਾ ਉਹ ਜੇ ਰਹੇਗਾ ਗੁਆਂਢ ਚ ਵੇਖਦੇ ਨਹੀਂ ਵੱਡਾ ਮਕਾਨ ਖੜਾ ਹੋ ਗਿਆ ਹੈ ਜਦ ਤੱਕ ਇਸ ਤੋਂ ਵੱਡਾ ਮੇਰਾ ਮਕਾਨ ਨਹੀਂ ਹੋ ਜਾਂਦਾ ਤਦ ਤੱਕ ਹੁਣ ਚਿਤ ਤੇ ਸ਼ਾਂਤੀ ਨਹੀਂ ਦੂਜੇ ਨੂੰ ਨਿੰਦਿਤ ਕਰਨਾ ਹੋਵੇ ਤਾਂ ਇੱਥੇ ਉਪਾਅ ਹੈ ਤੁਸੀਂ ਜਿਸ ਗੱਲ ਦੀ ਨਿੰਦਾ ਕਰਦੇ ਹੋ ਉਹਨੂੰ ਖੁਦ ਵੀ ਨਾ ਕਰੋ ਸਰਲ ਤੋਂ ਸਰਲ ਉਪਾਅ ਹੈ ਕਿ ਕੋਈ ਆਦਮੀ ਵਿਆਹ ਨਹੀਂ ਕਰਦਾ ਤਾਂ ਵੀ ਆਇਆ ਰਹਿ ਕੇ ਲੋਕਾਂ ਦੀ ਨਿੰਦਿਆ ਕਰਦਾ ਸਾਰੀ ਦੁਨੀਆ ਵਿਆਹੇ ਹੋਏ ਲੋਕਾਂ ਦੀ ਨਿੰਦਿਤ ਹੋ ਜਾਂਦੀ ਹੈ ਉਹਦੇ ਹੰਕਾਰ ਦੀ ਕੋਈ ਹੱਦ ਨਹੀਂ ਰਹਿੰਦੀ ਹੁਣ ਇਹ ਨੌਜਵਾਨ ਜਿਹੜਾ ਮੇਰੇ ਕੋਲ ਆਇਆ ਉਹ ਕਹਿੰਦਾ ਕਿ ਵੱਡੇ ਪਾਪ ਵਿੱਚ ਪਿਆ ਇਹ ਤੋਂ छुटकारा ਦਵਾਓ ਪਾਪ ਕਿੱਥੇ ਹੈ ਜੋ ਸੁਭਾਵਕ ਹੈ ਉਸ ਤੋਂ ਕੋਈ ਪਾਪ ਨਹੀਂ ਧਿਆਨ ਰੱਖਣ ਦੀ ਗੱਲ ਤਾਂ ਇਹ ਹੈ ਕਿ ਜੇਕਰ ਤੁਸੀਂ ਪਾਪ ਸਮਝਿਆ ਤਾਂ ਕਦੇ छुटਕਾਰਾ ਨਹੀਂ ਹੋ ਸਕੇਗਾ ਜੇਕਰ छुटਣਾ ਵਿੱਚ ਆਇਆ ਤੇ ਕਦੇ ਛੁੱਟ ਨਹੀਂ पाओਗੇ ਤੇ ਜੇਕਰ ਤੁਸੀਂ ਪ੍ਰਭੂ ਦੀ ਕਿਰਪਾ ਸਮਝੀਏ ਨੂੰ ਵੀ ਤਾਂ ਇਹਦੇ ਰਾਹੀ ਵੀ ਤੁਸੀਂ ਪ੍ਰਭੂ ਨੂੰ ਕੋਲ ਲੈ ਆਏ ਦੂਰ ਨਹੀਂ ਕੀਤਾ ਜ਼ਰਾ ਬਰੀਕ ਹੈ ਠੀਕ ਤਰ੍ਹਾਂ ਸਮਝ ਲੈਣਾ ਜੇਕਰ ਤੁਸੀਂ ਕਿਹਾ ਪਾਪ ਹੈ ਤਾਂ ਕਿੰਨੀਆਂ ਗੱਲਾਂ ਘਟ ਰਹੀਆਂ ਹਨ ਤੁਹਾਨੂੰ ਪਤਾ ਨਹੀਂ ਕਿਸੇ ਚੀਜ਼ ਨੂੰ ਪਾਪ ਕਿਹਾ ਤੁਸੀਂ ਪਾਪੀ ਹੋ ਗਏ ਕਿਸੇ ਚੀਜ਼ ਨੂੰ ਪਾਪ ਕਿਹਾ ਪੂਰੀ ਪ੍ਰਕਿਰਤੀ ਪਾਪੀ ਹੋ ਗਈ ਕਿਉਂਕਿ ਉਸੇ ਪ੍ਰਕਿਰਤੀ ਤੋਂ ਉਹ ਪਾਪ ਜਨਮਿਆ ਹੈ ਤੇ ਕਿਸੇ ਚੀਜ਼ ਨੂੰ ਜੇਕਰ ਪਾਪ ਕਿਹਾ ਤਾਂ ਬਹੁਤ ਗੌਰ ਨਾਲ ਵੇਖਣਾ ਪਰਮਾਤਮਾ ਵੀ ਪਾਪੀ ਹੋ ਗਿਆ ਕਿਉਂਕਿ ਉਸ ਤੋਂ ਬਿਨਾਂ ਇਸ ਜਗਤ ਵਿੱਚ ਕੁਝ ਵੀ ਨਹੀਂ ਵਾਪਰ ਸਕਦਾ ਉਹ ਹੀ ਬਣਾਉਂਦਾ ਤੇ ਪਾਪ ਬਣਾਉਂਦਾ ਪਾਪੀ ਹੋ ਗਿਆ জর্জ ਗੁਰਜੀਵ ਕਿਹਾ ਕਰਦਾ ਸੀ ਕਿ ਸਾਰੇ ਧਰਮ ਪਰਮਾਤਮਾ ਦੇ ਖਿਲਾਫ ਹਨ ਇਹ ਗੱਲ ਸੱਚ ਹੈ ਕਿਉਂਕਿ ਜਿੰਨੀਆਂ ਚੀਜ਼ਾਂ ਨੂੰ ਤੁਸੀਂ ਪਾਪ ਕਹਿ ਰਹੇ ਹੋ ਉਹਨੇ ਹੀ ਅੰਸ਼ਾ 'ਚ ਤੁਸੀਂ ਪਰਮਾਤਮਾ ਦੀ ਵੀ ਨਿੰਦਾ ਕਰ ਰਹੇ ਹੋ ਜੇਕਰ ਤੁਸੀਂ ਇੱਕ ਚੀਜ਼ ਦੀ ਵੀ ਨਿੰਦਾ ਕੀਤੀ ਤਾਂ ਤੁਸੀਂ ਉਹਦੇ ਨਾਲ ਪੂਰੇ ਅਸਤਿੱਤਵ ਨੂੰ ਨਿੰਦਿਤ ਕਰ ਦਿੱਤਾ ਤੇ ਸਭ ਉਸੇ ਦੀ ਖੇਡ ਹੈ ਇਹ ਸਭ ਉਸੇ ਦੇ ਰੂਪ ਹਨ ਉਹ ਵੀ ਨਿੰਦਿਤ ਹੋ ਗਿਆ فاਸਲਾ ਬਹੁਤ ਭਾਰੀ ਹੋ ਗਿਆ ਹੁਣ ਤੁਸੀਂ ਕਦੇ ਨਾ ਪੁੱਜ ਸਕੋਗੇ ਤੇ ਹੋਰ ਜੇਕਰ ਤੁਸੀਂ ਆਪਣੀ ਵਾਸਨਾ ਨੂੰ ਵੀ ਉਸੇ ਦੀ ਖੇਡ ਸਮਝਿਆ ਉਸ ਨੇ ਹੀ ਦਿੱਤੀ ਹੈ ਤਾਂ ਜ਼ਰੂਰ ਕੋਈ ਰਾਜ਼ ਹੋਏਗਾ ਸ਼ਾਇਦ ਇਹ ਵੀ ਰਾਜ਼ ਹੋਏ ਕਿ ਵਾਸਨਾ 'ਚ ਤੁਹਾਨੂੰ ਸੁਟੇ ਤੇ ਤੁਸੀਂ ਨਾ ਡਿਗੋ ਵਾਸਨਾ ਚ ਤੁਹਾਨੂੰ ਉਤਾਰੇ ਤੇ ਤੁਸੀਂ ਅਤਿਕ੍ਰਮਣ ਮਤਲਬ ਉਲੰਘਣਾ ਕਰ ਜਾਓ ਇਹੀ ਰਾਸ ਹੋਏਗਾ ਲੇਕਿਨ ਤਾਦੇ ਪਾਪ ਨਹੀਂ ਹੈ ਤਾਦੇ ਸਿੱਖਣ ਤਾਲੀਮ ਹੋਇਆ ਤਾਦੇ ਪਾਪ ਨਹੀਂ ਹੈ ਤਾਦੇ ਪਰਮਾਤਮਾ ਦੀ ਕਿਰਪਾ ਹੋਈ ਜਿਸ ਤਰ੍ਹਾਂ ਸੋਨੇ ਨੂੰ ਅੱਗ ਚ ਸੁੱਟੋ ਨਿੱਖਰ ਕੇ ਵਾਪਸ ਆਉਂਦਾ ਹੈ ਇਸ ਤਰ੍ਹਾਂ ਨਿੱਖਰ ਕੇ ਵਾਪਸ ਆ ਜਾਓ ਅੱਗ ਦੀ ਨਿੰਦਾ ਨਾ ਕਰੋ ਪਰਮਾਤਮਾ ਦੀ ਕਿਰਪਾ ਨੂੰ ਲੱਭੋ ਝਟਪਟ ਤੁਸੀਂ ਪਾਉਗੇ ਉਹ ਕੋਲ ਹੈ ਕਲੀ ਖਿੜਨ ਲੱਗੀ ਹੈ ਬੁਰੇ ਤੋਂ ਬੁਰੇ 'ਚ ਵੀ ਉਸੇ ਦਾ ਹੱਥ ਹੈ ਜਿਨੇ ਵੇਖ ਲਿਆ ਉਹੀ ਸਾਧੂ ਹੈ ਪਰ ਜਿਨ੍ਹਾਂ ਨੂੰ ਤੁਸੀਂ ਸਾਧੂ ਕਹਿੰਦੇ ਹੋ ਚੰਗੇ ਤੋਂ ਚੰਗੇ 'ਚ ਵੀ ਬੁਰਾਈ ਲੱਭ ਲੈਂਦੇ ਹੋ ਇੱਕ ਸਾਧੂ ਮੈਨੂੰ ਮਿਲਣ ਆਏ ਉਹ ਥੋੜੇ ਹੈਰਾਨ ਹੋਏ ਜਿਸ ਮਕਾਨ 'ਚ ਮੈਂ ਰਹਿੰਦਾ ਸੀ ਉਹਨੇ ਦਿਨੇ ਵੱਡਾ ਬਗੀਚਾ ਸੀ ਉਹਨਾਂ ਦੇ ਆਲੇ ਦੁਆਲੇ ਬਹੁਤ ਫੁੱਲ ਖਿੜੇ ਸਨ ਉਹਨਾਂ ਕਿਹਾ ਤੁਸੀਂ ਤੇ ਮੈਂ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ ਤੁਸੀਂ ਤੇ ਫੁੱਲਾਂ 'ਚ ਤੁਹਾਨੂੰ ਰਸ ਹੈ ਫੁੱਲਾਂ 'ਚ ਤਾਂ ਕੋਈ ਪਾਪ ਨਹੀਂ ਵਿਖਾਈ ਪੈਂਦਾ ਪਰ ਉਹਨਾਂ ਨੇ ਕਿਹਾ ਤੁਸੀਂ ਤੇ ਫੁੱਲਾਂ 'ਚ ਰਸ ਤੁਹਾਡੇ ਵਰਗੇ ਵਿਅਕਤੀ ਨੂੰ ਤਾਂ ਸਾਰੇ ਰਾਗ ਰੰਗਾਂ ਤੋਂ ਵਿਬਕਤ ਹੋਣਾ ਚਾਹੀਦਾ ਹੈ ਫੁੱਲ ਵੀ ਰਾਗ ਰੰਗ ਹਨ ਹੈ ਤਾਂ ਜੇਕਰ ਬਹੁਤ ਵਰਨਲ ਵੇਖੋ ਤਾਂ ਫੁੱਲ ਵੀ ਕਾਮਵਾਸਨਾ ਦਾ ਹੀ ਹਿੱਸਾ ਹਨ ਜੇਕਰ ਤੁਸੀਂ ਵਿਗਿਆਨਕ ਨੂੰ ਪੁੱਛੋ ਦੱਸੇਗਾ ਫੁੱਲ ਖਿੜਦਾ ਹੈ ਤਾਂ ਫੁੱਲ 'ਚ ਜੋ ਮਦਦ 'ਚ ਲੁਕੇ ਹੋਏ ਕਣ ਹਨ ਉਹ ਕਣੇ ਦੇ ਵੀਰਜ ਕਣ ਹਨ ਸ਼ਹਿਦ ਦੀਆਂ ਮੱਖੀਆਂ ਤੇ ਤਿਤਲੀਆਂ ਦੇ ਖੰਭਾਂ 'ਚ ਲਗਾ ਕੇ ਨੱਕਣਾਂ ਨੂੰ ਦੂਜੇ ਫੁੱਲਾਂ ਦੇ ਕੋਲ ਭੇਜ ਰਿਹਾ ਹੈ। ਉਹ ਫੁੱਲ ਖੁਦ ਤਾਂ ਨਹੀਂ ਟੁੱਟ ਸਕਦਾ। ਇਸ ਲਈ ਮਾਦਾ ਨੂੰ ਨਹੀਂ ਲੱਭ ਸਕਦਾ। ਤਾਂ ਉਹਨੇ ਇਹ ਤਰਕੀਬ ਕੱਢ ਲਈ। ਉਹ ਤਰਕੀਬ ਬਹੁਤ ਕੁਸ਼ਲ ਹੈ। ਉਹ ਸ਼ਹਿਦ ਦੀ ਮੱਖੀ ਨੂੰ ਤਾਂ ਰਜਾ ਲੈਂਦਾ ਹੈ। ਸ਼ਹਿਦ ਦੀ ਮੱਖੀ ਉਸ ਉੱਤੇ ਬੈਠਦੀ ਹੈ। ਉਹਦੇ परागਕਣ ਸ਼ਹਿਦ ਦੀ ਮੱਖੀ ਦੇ ਪੈਰਾਂ 'ਚ ਲੱਗ ਜਾਂਦੇ ਹਨ। ਸ਼ਹਿਦ ਦੀ ਮੱਖੀ 'ਚ ਮਾਦਾ ਫੁੱਲ ਤੇ ਬੈਠੇਗੀ ਵੀਰਜ ਦੇ ਕਣ ਛੁੱਟ ਜਾਣਗੇ। ਦੋ ਦਾ ਮਿਲਨ ਹੋ ਜਾਏਗਾ। ਗੌਰਨਲ ਵੇਖੋ ਤਾਂ ਫੁੱਲ ਵੀ ਕਾਮ ਵਾਸਨਾ ਹੈ ਗੌਰਨਲ ਵੇਖੇ ਸੰਸਾਰ ਚ ਤਾਂ ਤੁਹਾਨੂੰ ਕਾਮ ਵਾਸਨਾ ਤੋਂ ਇਲਾਵਾ ਕੁਝ ਵੀ ਵਿਖਾਈ ਨਹੀਂ ਪਏਗਾ ਸਭ ਥਾਂ ਨਰ ਮਾਦਾ ਦੀ ਖੇਡ ਹੈ ਇਸ ਲਈ ਜਿਨ੍ਹਾਂ ਨੇ ਧਰਮ ਦੀ ਬਹੁਤ ਡੂੰਗੀ ਖੋਜ ਕੀਤੀ ਹੈ ਜਿਵੇਂ ਕਿ ਹਿੰਦੂਆਂ ਨੇ ਬਹੁਤ ਡੂੰਗੀ ਖੋਜ ਕੀਤੀ ਹੈ ਤਾਂ ਹਿੰਦੂਆਂ ਨੇ ਆਪਣੇ ਸਾਰਿਆਂ ਪਰਮਾਤਮਾਵਾਂ ਦੇ ਰੂਪ ਦੇ ਨਾਲ ਨਾਰੀ ਰੂਪ ਨੂੰ ਇਕੱਠਾ ਰੱਖਿਆ ਸੋ ਰਾਮ ਦੇ ਨਾਲ ਸੀਤਾ ਹੈ ਨਾਲ ਹੀ ਨਹੀਂ ਰਾਮ ਤੋਂ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਹਿੰਦੂ ਸੀਤਾ ਰਾਮ ਕਹਿੰਦੇ ਹਨ ਰਾਮ ਸੀਤਾ ਨਹੀਂ ਕਹਿੰਦੇ ਸੀਤਾ ਨੂੰ ਪਹਿਲਾਂ ਰੱਖਦੇ ਹਨ ਉਹ ਰਾਧਾ ਕ੍ਰਿਸ਼ਨ ਕਹਿੰਦੇ ਹਨ ਰਾਧਾ ਨੂੰ ਪਹਿਲੇ ਰੱਖਦੇ ਹਨ ਜੈਨੀਆਂ ਨੂੰ ਇਹ ਗੱਲ ਬਹੁਤ ਅੱਖਰਦੀ ਹੈ ਕਿ ਤੁਸੀਂ ਆਪਣੇ ਭਗਵਾਨ ਦੇ ਨਾਲ ਇਸਤਰੀ ਨੂੰ ਕਿਉਂ ਖੜਾ ਕੀਤਾ ਹੋਇਆ ਹੈ ਮਹਾਵੀਰ ਇਕੱਲੇ ਖਲੋਤੇ ਹਨ ਮਹਾਵੀਰ ਨੇ ਵਿਆਹ ਕੀਤਾ ਸੀ ਕੁੜੀ ਹੋਈ ਸੀ ਉਹਨਾਂ ਦੇ ਦਾਮਾਦ ਸੀ ਪਰ ਮਹਾਵੀਰ ਨੂੰ ਮੰਨਣ ਵਾਲੇ ਜਿਹੜੇ ਕੱਟੜ ਪੰਥੀ ਸੰਪਰਦਾਏ ਹਨ ਦਿਗੰਬਰ ਉਹ ਕਹਿੰਦੇ ਹਨ ਉਹਨਾਂ ਨੇ ਕਦੇ ਵਿਆਹ ਕੀਤਾ ਹੀ ਨਹੀਂ ਮਹਾਵੀਰtio ਵਿਆਹ ਕਰਨ ਪਾਪ ਨਾ ਮੰਨ ਕੇ ਇਹ ਕਪੂਲ ਕਲਪਨਾ ਹੈ ਇਹ افਵਾਹ ਹੈ ਵਿਰਧੀਆਂ ਦੀ ਉਡਾਈ ਹੋਈ ਰਾਮ ਤੇ ਸੀਤਾ ਨੂੰ ਜੈਨ ਨਮਸਕਾਰ ਵੀ ਨਹੀਂ ਕਰ ਸਕਦਾ ਕਿਉਂਕਿ ਕਠਿਨਾਈ ਸੀਤਾ ਦੀ ਵਜ੍ਹਾ ਨਾਲ ਹੈ ਰਾਮ ਦੀ ਕੋਈ ਅੜਚਨ ਨਹੀਂ ਹੈ ਕਰ ਲੈਂਦਾ ਪਰ ਇਸ ਸੀਤਾ ਮਾਤਾ ਜਿਹੜੀ ਨਾਲ ਖਲੋਤੀ ਹੈ ਇਹ ਬਰਦਾਸ਼ਤ ਤੋਂ ਬਾਹਰ ਹੈ لیکن پورے جیون دی ਖੇਡ ਨਰ ਤੇ ਮਾਦਾ ਸ਼ਕਤੀ ਦੀ ਖਿਡਾਰ ਹੈ ساری ਕੁਦਰਤ ਨਰ ਤੇ ਮਾਦਾ ਸ਼ਕਤੀ ਦਾ ਮਿਲਨ ਹੈ ਤਾਂ ਕਿਉਂ ਤੁਸੀਂ পাপ ਸਮਝਦੇ ਹੋ ਉਸ ਨੌਜਵਾਨ ਨੂੰ ਮੈਂ ਕਿਹਾ ਛੱਡੇ ਖਿਆਲ ਨਹੀਂ ਤਾਂ ਮਰੇਗਾ ਮੁਸ਼ਕਲ ਚ ਪਏਗਾ পাপ ਦੀ ਤਰ੍ਹਾਂ ਵੇਖਦੇ ਕਿਉਂ ਜੋ ਹੈ ਉਹਦੇ ਉੱਪਰ ਤੁਸੀਂ ਆਪਣੀ ਵਿਆਖਿਆ ਕਿਉਂ ਥੋਪਦੇ ਹੋ ਕਿ ਇਹ পাপ ਹੈ ਫਿਰ পাপ ਦੇ ਕਾਰਨ ਪਾਪੀ ਹੋਗੇ ਫਿਰ ਅਪਰਾਧ ਦਾ ਪਾਪਿਆ ਤਾਂ ਹੁੰਦਾ ਹੈ ਗਿਲਟ ਪੈਦਾ ਹੁੰਦੀ ਹੈ ਮਨਸਵਿਦ ਕਹਿੰਦੇ ਹਨ ਕਿ ਸਮਸਤ ਧਰਮਾਂ ਨੇ ਆਦਮੀ ਦਾ ਸ਼ੋਸ਼ਣ ਕੀਤਾ ਹੈ ਇੱਕ ਤਰਕੀਬ ਨਾਲ ਉਹ ਤਰਕੀਬ ਆਦਮੀ ਨੂੰ ਅਪਰਾਧੀ ਸਿੱਧ ਕਰ ਦਿੰਦਾ ਹੈ ਅਪਰਾਧੀ ਆਦਮੀ ਡਰਦਾ ਹੈ ਧਰਮਸ਼ਾਲਾ ਮੰਦਿਰ ਬਣਾਉਂਦਾ ਹੈ ਉਹ ਜਿਹੜਾ ਅਪਰਾਧ ਉਹਦੇ ਅੰਦਰ ਹੈ ਕਿ ਇੰਨੇ ਪਾਪ ਕੀਤੇ ਹਨ ਇਹਨਾਂ ਦੇ ਜਵਾਬ ਚ ਕੁਝ ਤਾਂ ਪੁੰਨ ਕਰ ਲਵਾਂ ਨਹੀਂ ਤਾਂ ਪਰਮਾਤਮਾ ਦੇ ਸਾਹਮਣੇ ਕੀ ਕਹਾਂਗਾ ਬਹੁਤ ਮੁਸ਼ਕਲ ਚ ਪੈ ਜਾਵਾਂਗਾ ਪਾਪ ਹੀ ਪਾਪ ਹਨ ਤੇ ਦੂਜੇ ਪਲੜੇ ਤੇ ਪੁੰਨ ਬਿਲਕੁਲ ਨਹੀਂ ਹੈ ਤਾਂ ਥੋੜਾ ਪੁੰਨ ਕਰ ਲਵਾਂ ਇਸ ਲਈ ਪਹਿਲਾਂ ਧਰਮ ਗੁਰੂ ਸਮਝਾਉਂਦਾ ਕਿ ਤੁਸੀਂ ਕਿੰਨੇ ਪਾਪੀ ਹੋ ਫਿਰ ਸਮਝਾਉਂਦਾ ਹੁਣ ਕੁਝ ਕਰੋ ਇਹਨਾਂ ਪਾਪਾਂ ਨੂੰ ਮਿਟਾਓ ਇਹਦੇ ਨਾਲ ਸਾਰੇ ਧਰਮ ਦਾ ਵਿਗਾੜ ਤੁਰਦਾ ਹੈ ਖਾਸ ਕਰ ਜਿਨ੍ਹਾਂ ਨੇ ਧਰਮ ਗੁਰੂ ਨੂੰ ਜਾਣਿਆ ਹੈ ਬੁੱਧ ਪੁਰਖਾਂ ਨੇ ਉਹਨਾਂ ਨੇ ਤੁਹਾਨੂੰ ਪਾਪੀ ਨਹੀਂ ਕਿਹਾ ਉਹਨਾਂ ਨੇ ਤਾਂ ਕਿਹਾ ਤੁਸੀਂ ਪਰਮਾਤਮਾ ਹੋ ਉਪਨੇਸ਼ਤਾ ਨੇ ਤੁਹਾਨੂੰ ਪਾਪੀ ਨਹੀਂ ਕਿਹਾ ਉਹਨਾਂ ਨੇ ਤੇ ਕਿਹਾ ਤੁਸੀਂ ਬ੍ਰਹਮ સ્વરૂਪ ਹੋ ਉਹਨਾਂ ਨੇ ਤੇ ਕਿਹਾ ਤੁਹਾਡੇ ਅੰਦਰ ਉਹੀ ਲੁਕਿਆ ਹੈ ਜਿਹੜਾ ਆਦੰਤ ਵਿੱਚ ਹੈ ਤੁਸੀਂ ਖਾਲਸ ਸੋਨਾ ਹੋ ਥੋੜੀ ਮਿੱਟੀ ਇਧਰੋਂ ਉਧਰੋਂ ਲੱਗ ਗਈ ਤਾਂ ਕੀ ਘਬਰਾ ਰਹੇ ਹੋ ਕੀ ਡਰ ਦਾ ਕਾਰਨ ਹੈ ਤੁਹਾਨੂੰ ਕਿੰਨੀ ਮਿੱਟੀ ਲੱਗ ਜਾਏ ਤੁਸੀਂ ਮਿੱਟੀ ਨਹੀਂ ਹੋ ਸਕਦੇ ਤੁਸੀਂ ਮਹਾਨਰਕ ਵਿੱਚ ਵੀ ਚਲੇ ਜਾਓ ਤਾਂ ਵੀ ਤੁਹਾਡੇ ਉਧਾਰ ਦਾ ਉਪਾਅ ਖਤਮ ਨਹੀਂ ਹੋ ਗਿਆ ਤੁਸੀਂ ਇੱਕ ਪਲ ਚੋਂ ਥੋ ਛਾਲ ਮਾਰ ਸਕਦੇ ਹੋ ਤੁਸੀਂ ਆਪਣੇ ਨੂੰ ਗਵਾ ਨਹੀਂ ਸਕੋਗੇ ਤੁਹਾਡੇ ਹੋਣ ਵਿੱਚ ਹੀ ਪਰਮਾਤਮਾ ਲੁਕਿਆ ਹੈ ਤੁਸੀਂ ਕਿੰਨੇ ਹੀ ਉਸ ਤੋਂ ਦੂਰ ਨਿਕਲ ਜਾਓ ਜਰਾ ਤੁਸੀਂ ਮੁੜੋਗੇ ਉਹਨੂੰ ਤੁਸੀਂ ਪਿੱਛੇ ਖਲੋਤਾ ਪਾਓਗੇ ਇਸੇ ਤਰ੍ਹਾਂ ਜਿਵੇਂ ਕੋਈ ਸੂਰਜ ਦੇ ਵੱਲ ਪਿੱਟ ਕਰਕੇ ਤੁਰੇ ਤੁਰਦਾ ਰਹੇ ਹਜ਼ਾਰਾਂ ਮੀਲ ਤੁਰਦਾ ਰਹੇ ਕਿ ਤੁਸੀਂ ਸੋਚਦੇ ਹੋ ਸੂਰਜ ਉਸ ਕੋਲੋਂ ਹਜ਼ਾਰਾਂ ਮੀਲ ਦੂਰ ਹੋ ਜਾਂਦਾ ਹੈ ਕਿ ਤੁਸੀਂ ਜਿਸ ਪਲ ਵੀ ਉਪਰத் ਕੇ ਵੇਖੇਗਾ ਸੂਰਜ ਨੂੰ ਪਿੱਛੇ ਪਾਏਗਾ ਸੂਰਜ ਤਾਂ ਫੇਰ ਵੀ ਦੂਰ ਹੈ ਜਿਸ ਸੂਰਜ ਦੀ ਬਹਿੰਗ ਗੱਲ ਕਰ ਰਹੇ ਹਾਂ ਤੁਸੀਂ ਕਿਤੇ ਵੀ ਭੱਜੋਗੇ ਤੁਸੀਂ ਉਹਦੇ ਕੋਲੋਂ ਭੱਜ ਨਹੀਂ ਸਕੋਗੇ ਕਿਉਂਕਿ ਤੁਸੀਂ ਵੀ ਉਹੀ ਸਭ ਤੋਂ ਵੱਡਾ ਐਲਾਨ ਜਿਹੜਾ ਤੁਸੀਂ ਆਪਣੇ ਜੀਵਨ 'ਚ ਕਰ ਲੈਣਾ ਉਹ ਹੀ ਹੈ ਕਿ ਮੇਰੇ ਅੰਦਰ ਲੁਕਿਆ ਪਰਮਾਤਮਾ ਹੈ। ਇਸ ਐਲਾਨ ਦੇ ਨਾਲ ਹੀ ਤੁਹਾਡੇ ਪਾਪ ਧੋਤੇ ਜਾਣਗੇ। ਇਸ ਐਲਾਨ ਦੇ ਨਾਲ ਹੀ ਕੰਡੇ ਛੱਡ ਜਾਣਗੇ। ਇਸ ਐਲਾਨ ਦੇ ਨਾਲ ਹੀ ਤੁਸੀਂ ਪਾਓਗੇ ਕਿ ਹਨੇਰਾ ਖੁਦ ਤੋਂ ਤੋਂ ਡਰਨ ਲੱਗਾ ਹੈ। ਮਜ਼ਾ ਤਾਂ ਤਾਈਓ ਹੈ ਜੇਕਰ ਪਾਪ ਤੋਂ ਅਥੋਂ ਡਰੇ। ਤੁਸੀਂ ਪਾਪ ਤੋਂ ਡਰੋ ਮਜ਼ਾ ਨਹੀਂ ਹੈ। ਜੀਵਨ ਰੋਗੀ ਹੋ ਗਿਆ। ਮਜ਼ਾ ਤਾਂ ਤਾਈਓ ਹੈ ਜਦ ਤੁਸੀਂ ਜਿੱਥੇ ਜਾਓ ਉੱਥੇ ਰੌਸ਼ਨੀ ਪੁੱਜ ਜਾਏ। ਤੁਸੀਂ ਹਨੇਰੇ ਕੋਲੋਂ ਨੱਠੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇਸ ਲਈ ਕਬੀਰ ਦੇ ਇਹ ਵਚਨ ਤੁਹਾਨੂੰ ਬਹੁਤ ਕ੍ਰਾਂਤੀਕਾਰੀ ਲੱਗੂਣਗੇ ਹਨ ਵੀ ਭਖਦੀ ਹੋਈ ਅੰਗਾਰੇ ਜਿਸ ਹਿਰਦੇ ਨੂੰ ਇਹਨਾਂ ਨੇ ਛੋ ਲਿਆ ਉਹ ਸਿਰਦੇ ਨੂੰ ਬਦਲ ਦਿੱਤਾ ਇਹਨਾਂ ਵਚਨਾਂ ਤੋਂ ਜਿਹੜਾ ਬਚ ਜਾਏ ਉਹ ਅਪਾਗਾ ਹੈ ਇੱਕ ਇੱਕ ਸ਼ਬਦ ਨੂੰ ਗੌਰ ਨਾਲ ਸੁਣਨਾ ਹੈ ਕਰ ਕਰ ਦੀਪਕ ਬਰੈ ਲਖੈ ਨਹ ਅੰਧ ਕਬੀਰ ਕਹਿ ਰਿਹਾ ਘਰ ਘਰ ਚ ਜਗ ਰਿਹਾ ਹੈ ਉਹਦਾ ਦੀਵਾ ਘਰ ਘਰ ਚ ਉਸੇ ਦਾ ਨੂਰ ਹੈ ਘਰ ਘਰ ਯਾਨੀ ਸਰੀਰ ਸਰੀਰ ਚ ਜਗ ਰਹੀ ਹੈ ਉਹਦੀ ਜੋਤ ਬਹੁਤ ਮਜ਼ੇਦ ਦੀ ਗੱਲ ਹੈ ਫਿਰ ਵੀ ਤੁਹਾਨੂੰ ਵਿਖਾਈ ਨਹੀਂ ਪੈਂਦੀ ਕਿਹੋ ਜਿਹੀ ਅੰਨੀ ਹੋ ਧੰਨਵਾਦ